ਅਸਲਾਮੁਆਲਿਕੋ ਕੀ ਹਾਲ ਚਾਲ ਹੈ ਮੇਨ ਦਾ ਸਾਰੇ ਬਈ ਠੀਕ ਠਾਕ ਹੋਣਗੇ ਦੁਆ ਅੱਲਾਹ ਤਾਂ ਲੱਗੇ ਸਾਰੇ ਭੈਣਾਂ ਕੀ ਧਿਆਕ ਰੱਖੇ ਅੱਛਾ ਯਾਰ ਅੱਜਕੱਲ ਇੱਕ ਦੋ ਦਿਨ ਤੋਂ ਤੁਸੀਂ ਸੁਣ ਰਹੇ ਹੋ ਕਿ ਰੀਮ ਸ਼ਾਹ ਦੀ ਵੀਡੀਓ ਦਾ ਬੜਾ ਸਕੈਂਡਲ ਚੱਲ ਰਿਹਾ ਤੇ ਲੋਕ ਇੱਕ ਦੂਸਰੇ ਨੂੰ ਵੀਡੀਓ ਫਾਰਵਰਡ ਕਰ ਰਹੇ ਨੇ ਜੀ ਰੀਮ ਸ਼ਾਹ ਦੀ ਵੀਡੀਓ ਆ ਗਈ ਹੈ ਲੀਕਡ ਆ ਗਈ ਤੋਂ ਨਾਰੀ ਤੇ ਖਲਾਅ ਕਰ ਰਹੀ ਹੈ ਫੇਸਬੁਕ ਸੋਸ਼ਲ ਮੀਡੀਆ ਤਕਰੀਬਨ ਹਰ ਜਗ੍ਹਾ ਤੇ ਹੀ ਨਾ ਇਸ ਚੀਜ਼ ਦਾ ਬੜਾ ਚਰਚਾ ਹੋ ਰਿਹਾ ਹੈ ਲੇਕਿਨ ਇਹਨਾਂ ਚੀਜ਼ਾਂ ਪਲਾਨ ਦੇ ਦੌਰਾਨ ਅਸੀਂ ਇਹ ਚੀਜ਼ ਨਹੀਂ ਸੋਚ ਰਹੇ ਕਿ ਅਗਰ ਅਸੀਂ ਇਹ ਵੀਡੀਓ ਸ਼ੇਅਰ ਕਰ ਰਹੇ ਹਾਂ ਜਾਂ ਪਿਕਚਰਾਂ ਅਗੇ ਸ਼ੇਅਰ ਕਰ ਰਹੇ ਹਾਂ ਤੇ ਅਸੀਂ ਆਦੇ ਵਾਸਤੇ ਕਿੰਨਾ ਵੱਡਾ ਗੁਨਾਹ ਜਾਰੀਆ ਕਰ ਰਹੇ ਹਾਂ ਠੀਕ ਹੈ ਉਹ ਤਾਂ ਔਰਤ ਇਸ ਤਰ੍ਹਾਂ ਦੀ ਹੈ ਅੱਲਾਹ ਤਾਲਾ ਉਹਨਾਂ ਦੇ ਹੱਥ ਦੇ ਵਿੱਚ ਅਸੀਂ ਤਾਂ ਦੁਆ ਹੀ ਕਰ ਸਕਨੇ ਹਾਂ ਪਹਿਲੇ ਵੀ ਹੁੰਦੇ ਸਹਿਕਾਰਨਾਮੇ ਸਾਹਮਣੇ ਆਉਂਦੇ ਰਹੇ ਨੇ ਤੇ ਹੁਣ ਵੀ ਆ ਰਹੇ ਨੇ ਲੇਕਿਨ ਸਾਨੂੰ ਇਸ ਚੀਜ਼ ਦਾ ਸੋਚਣਾ ਚਾਹੀਦਾ ਕਿ ਇੱਕ ਔਰਤ ਹੈ ਹੀ ਉਸ ਤਰ੍ਹਾਂ ਦੀ ਤੇ ਉਹਦੀਆਂ ਵੀਡੀਓ ਅੱਗੇ ਫਲਾਕੇ ਦੋਸਤਾਂ ਨੂੰ ਦੱਸ ਕੇ ਆਪਣੇ ਵਾਸਤੇ ਕਿਉਂ ਗੁਨਾਹ ਖਰੀਦ ਰਹੇ ਕਿਉਂ ਅੱਲਾਹ ਤਾਲਾ ਨਾਰਾਜ਼ ਕਰ ਰਹੇ ਅਕਸਰ ਮੈਂ ਦੋਸਤਾਂ ਕੋਲ ਸੁਣਿਆ ਜੀ ਉਹ ਰੀਮ ਸ਼ਾਹ ਦੀ ਵੀਡੀਓ ਆਈ ਹੈ ਜੀ ਉਹ ਗਰੁੱਪ ਵਿੱਚ ਸੈਂਡ ਹੋ ਗਈ ਫਲਾਨ ਹੋ ਗਈ ਨੰਗੀ ਵੀਡੀਓ ਆ ਗਈ ਨਾ ਨਾ ਰਹੀ ਸੀ ਫਲਾਨ ਕਰ ਰਹੀ ਸੀ ਇਹ ਉਹ لیکن ਮੈਨੂੰ ਇੱਕ ਚੀਜ਼ ਦੀ ਸਮਝ ਆ ਰਹੀ ਠੀਕ ਹੈ ਉਹ ਨਕਰ ਰਿਹਾ ਬਗੈਰਤ ਔਰਤ ਨੇ ਲੇਕਿਨ ਸਾਨੂੰ ਇਸ ਚੀਜ਼ ਨੂੰ ਵੀਡੀਓ ਫਲਾਣ ਤੋਂ ਮੇਰੀ ਗੱਲ ਸੁਣੋ ਕਿ ਅਗਰ ਅਸੀਂ ਉਹ ਵੀਡੀਓ ਕਿਧਰੋਂ ਦੀ ਡਾਊਨਲੋਡ ਕਰਨੇ ਅੱਗੇ ਗਰੁੱਪ 'ਚ ਸੈਂਡ ਕਰਨੇ ਆ ਉਸ ਅੱਗੇ ਚੱਲੀ ਜਾਂਦੀ ਹੈ ਕਿ ਤੁਸੀਂ ਸੋਚਿਆ ਕਿ ਉਹਦਾ ਨੁਕਸਾਨ ਕੀ ਹੈ ਨਹੀਂ ਸੋਚਦੇ ਬਹੁਤ ਵੱਡਾ ਗੁਨਾਹ ਔਰ ਗੁਨਾਹੇ ਜਾ ਰਹੀ ਹੈ ਜਿੰਨੀ ਦੇਰ ਤੱਕ ਉਹ ਵੀਡੀਓ ਤੁਹਾਡੀ ਡਾਊਨਲੋਡ ਹੋਈ ਉਹ ਅੱਗੇ ਚਲਦੀ ਰਹੇਗੀ ਨਾ ਜਿੰਨੇ ਲੋਕ ਵੇਖਣਗੇ ਉਹਨਾਂ ਨੂੰ ਤਾਂ ਗੁਨਾਹ ਮਿਲਣਾ ਹੀ ਆ ਨਾਲ ਸਾਨੂੰ ਵੀ ਮਿਲੇਗਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਸ ਤਰ੍ਹਾਂ ਦੀ ਵੀਡੀਓ ਜਿਹੜੀਆਂ ਬੇਹਯਾਈ ਤੇ ਮਬਣੀ ਹੁੰਦੀਆਂ ਨੇ ਇਹਨਾਂ ਤੋਂ ਅਵਾਇਡ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਸ਼ੇਅਰ ਨਾ ਕੀਤਾ ਜਾਵੇ ਨਰੀਮ ਸ਼ਾਹ ਨੇ ਤਾਂ ਜਿਹੜੀ ਆ ਕੀ ਕਰਨੀ ਸੀ ਕਰ ਲੇਕਿਨ ਅਸੀਂ ਲੋਗ ਉਹਨਾਂ ਦੀ ਵੀਡੀਓ ਬਾਰ-ਬਾਰ ਅੱਗੇ ਸ਼ੇਅਰ ਕਰਕੇ ਆਪਣੇ ਵਾਸਤੇ ਗੁਨਾਹ ਖਰੀਦ ਰਹੇ ਹਾਂ ਔਰ ਦੂਸਰੀ ਗੱਲ ਇਹ ਕਿ ਅਸੀਂ ਅਗਰ ਰਿੰਦੇ ਜਸਕੇ ਚੋਕ ਲੈਣੇ ਤੋਸਤ ਬਾਦ ਅਦੀਕਾ ਕਿਆਨੀ ਦਾ ਤੁਸੀਂ ਨਾਂ ਸੁਣਿਆ ਹੋਣਾ ਔਰ ਗੰਨੇ ਭਰਾਵਾਂ ਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਸਲਾਵ ਜਦਗਾਨ ਵਾਸਤੇ ਉਹਨੇ 100 ਘਰ ਤਮੀਰ ਕਰਨ ਦਾ ਐਲਾਨ ਕੀਤਾ ਸੀ ਬੜਾ ਨੇਕੀ ਦਾ ਕੰਮ ਸੀ ਔਰ ਮਾਸ਼ਾਅੱਲਾ ਉਹਨੇ ਅੱਜ 100 ਘਰ ਮੁਕੰਮਲ ਤਮੀਰ ਕਰਕੇ ਲੋਗਾਂ ਨੂੰ ਦੇ ਦਿੱਤੇ ਔਰ ਕਿਸੇ ਭਰਾ ਨੇ ਵੀਡੀਓ ਨਾ ਕਿਸੇ ਗਰੁੱਪੇ ਸੇਅਰ ਕੀਤੀ ਨਾ ਸੋਸ਼ਲ ਮੀਡੀਆ ਤੇ ਸੇਅਰ ਕੀਤੀ ਅੱਛੀ ਚੀਜ਼ ਵਾਲੇ ਪਾਸੇ ਅਸੀਂ ਨਹੀਂ ਜਾਣਦੇ ਕਿ ਜਿੰਨਾਂ ਨਾਲ ਲੋਗਾਂ ਦੇ ਵਿੱਚ ਸ਼ੋਰ ਪੈਦਾ ਹੋਵੇ ਔਰ ਜਿਨ੍ਹਾਂ ਦੇ ਕੋਲ ਪੈਸਾ ਹੈ ਉਹ ਇਸ ਸਾਈਡ ਤੇ ਆਣ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕੇ ਇਸ ਸਾਈਡ ਤੇ ਪਤਾ ਨਹੀਂ ਸਾਨੂੰ ਕੀ ਪ੍ਰੋਬਲਮ ਹੈ ਜਾਂ ਕੀ ਮਸਲਾ ਹੈ ਸਾਡਾ ਮਾਸ਼ ਰਹੇ ਇਸ ਸਾਈਡ ਤੇ ਜਾ ਰਿਹਾ ਕਿਸੀ ਇਸ ਪਾਸੇ ਬਿਲਕੁਲ ਹੀ ਨਹੀਂ ਤਵੱਜੂ ਦਿੰਦੇ ਹੁਣ ਤੀਕਾ ਕਿਆ ਨਹੀਂ ਇੰਨਾ ਅੱਛਾ ਕੰਮ ਕੀਤਾ ਲੇਕਿਨ ਬਿਲਕੁਲ ਉਹਦੀ ਪਬਲਿਸਿਟੀ ਨਹੀਂ ਹੋਈ ਤੇ ਰਹੀਮ ਸ਼ਾਹ ਵਰਗੀ ਇੱਕ ਤਵੇ ਫੌਰਨ ਦੱਕ ਵੇਖ ਲਓ ਤੁਸੀਂ ਉਹਦੀਆਂ ਵੀਡੀਓ ਲਈ ਕੋਈਆਂ ਹਰ ਜਗ੍ਹਾ ਤੇ ਔਰ ਇੱਕ ਸਫਾਈ ਹੈ ਚਬਲ ਜਿਹਾ ਬਿਲਕੁਲ ਉਹਨੇ ਜਨਾਬ ਮੈਂ ਫੇਸਬੁਕ ਖੋਲ੍ਹੀ ਤਾਂ ਉੱਥੇ ਉਹਨੇ ਆਦੇ ਪੇਜ ਤੇ ਲਾਇਆ ਜੀ ਹਰੀਮ ਸ਼ਾਹ ਨੇ ਇਤਰਾਫ ਕਰ ਰਹੇ ਮੇਰੀਆਂ ਵੀਡੀਓ ਨੇ ਫਲਾਂ ਨੇ ਕੁੜੀ ਹੋਵੇ ਉਹਨੇ ਇਤਰਾਫ ਕਰ ਲਿਆ ਜੋ ਕਰ ਲਿਆਗਾ ਕਿਹੜੀ ਹੈ ਵੀ ਉਹ ਮੁਲਕ ਦੀ ਵਜ਼ੀਰ ਆਜ਼ਮ ਹੈਗੀ ਵੀ ਜਿੰਦੀ ਤੋਂ ਵੀਡੀਓ ਤਸਵੀਰਾਂ ਲਾ ਕੇ ਤੇ ਲੋਕਾਂ ਦਾਸ ਰਹੇ ਵੀ ਉਹਨੇ ਇਤਰਾਫ ਕਰ ਲਿਆ ਤੇ ਵਹਿਫਾਂੇ ਕੰਮ ਕਰਦੀਆਂ ਰਹਿੰਦੀਆਂ ਨੇ ਪਬਲਿਸਿਟੀ ਵਾਸਤੇ ਤੇ ਤੈਨੂੰ ਕੁਝ ਕੰਮ ਕੰਮ ਸ਼ਰਮ ਜਾ ਕਰਨੀ ਚਾਹੀਦੀ ਤੂੰ ਇੱਕ ਸਾਫ ਹੀ ਹੈਂ ਔਰ ਸਾਫ ਹੀ ਕਿਸੇ ਵੀ ਮੁਲਕ ਦੀ ਇੱਕ ਸ਼ਕਲ ਦੀ ਸੂਰਤ ਰੱਖਦੇ ਨੇ ਕਿ ਆਪਣੇ ਮੁਲਕ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਲੋਕ ਦੂਸਰੇ ਮੁਲਕ ਜਾਂ ਦੂਸਰੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਔਰ ਤੂੰ ਇਸ ਗੱਲ ਦੇ ਆਦੇ ਪੇਜ ਤੇ ਰੋਲੇ ਪਾ ਰਹੇ ਕਿ ਉਹਨੇ ਜਨਾਬ ਇਤਰਾਫ ਕਰ ਰਿਹਾ ਕਿ ਮੇਰੀਆਂ ਵੀਡੀਓ ਹਨ ਡੋਬ ਕੇ ਮਰ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਸਾਫੀਆਂ ਨੂੰ ਔਰ ਦੂਸਰੀ ਸਾਈਡ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਕੋਈ ਸ਼ਰਮ ਆ ਹੋਣੀ ਚਾਹੀਦੀ ਕਿ ਜਿਹੜੇ ਇਸ ਤਰ੍ਹਾਂ ਦੀ ਵੀਡੀਓ ਨੂੰ ਇੰਨਾ ਪ੍ਰਮੋਟ ਕਰ ਰਹੇ ਨੇ ਉਹ ਤਾਂ ਕੰਜਰੀਆਂ ਚਾਹੁੰਦੀ ਇਹ ਨੇ ਕਿ ਸਾਡੀ ਭਾਵੇਂ ਇੱਜ਼ਤ ਨਾਮ ਹੋਵੇ ਸਾਨੂੰ ਪਬਲਿਸਿਟੀ ਮਿਲਣੀ ਚਾਹੀਦੀ ਚਾਹੇ ਉਹ ਸਾਡੇ ਕੱਪੜੇ ਉਤਾਰ ਕੇ ਮਿਲੇ ਤੇ ਚਾਹੇ ਉਹ ਸਾਨੂੰ ਕਿਸੇ ਤਰੀਕੇ ਨਾਲ ਹੀ ਮਿਲੇ ਲੇਕਿਨ ਇਹ ਤਾਂ ਸਾਡੇ ਵਰਗੇ ਬੇਵਕੂਫ ਲੋਕ ਨੇ ਨਾ ਜਿਹੜੇ ਇੰਨੀ ਪਬਲਿਸਿਟੀ ਉਹਨਾਂ ਦੇ ਰਹੇ ਨੇ ਤੇ ਮੇਰੀ ਗੁਜ਼ਾਰਿਸ਼ ਹੈ ਇਹ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਤੋਂ ਥੋੜਾ ਜਿਹਾ ਅਵਾਇਡ ਕਰਨਾ ਚਾਹੀਦਾ ਅਗਰ ਨਜ਼ਰ ਆਂਦੀ ਵੀ ਹੈ ਨਾ ਤੁਸੀਂ ਉਹਨੂੰ ਹਾਈਡ ਕਰੋ ਇਗਨੋਰ ਕਰੋ ਨਾ ਕਿ ਉਹਨੂੰ ਸ਼ੇਅਰ ਕਰਵਾ ਰਾ ਦੇ ਗੁਨਾਹਵੰਦ ਵਿੱਚ ਅਜ਼ਾਫਾ ਕਰੋ ਅੱਲਾਹ ਤਾਲਾ ਕੀ ਦੁਆ ਹੈ ਕਿ ਅੱਲਾਹ ਤਾਲਾ ਸਾਰਿਆਂ ਨੂੰ ਹਿਦਾਇਤ ਦੇਵੇ ਔਰ ਇਹ ਜੇ ਕਮਾਂ ਤੋਂ ਦੂਰ ਰੱਖੇ ਆਮੀਨ